ਹੋਰ ਖਬਰਾਂ ਵਿਸਥਾਰ ਨਾਲ ਅਮਰੀਕਾ ਦੀ ਮਿਸ਼ੀਗਨ ਸਟੇਟ ਯੂਨੀਵਰਸਿਟੀ ਵਿੱਚ ਗੋਲੀਬਾਰੀ ਹੋਈ ਹੈ ਗੋਲੀਬਾਰੀ ਵਿੱਚ ਤਿੰਨ ਲੋਕਾਂ ਦੀ ਮੌਤ ਤੇ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ ਇਸ ਲੈਂਸਿੰਗ ਵਿਖੇ ਸੇਟੇ ਮਿਸ਼ੀਗਨ ਸਟੇਟ ਯੂਨੀਵਰਸਿਟੀ ਜਿੱਥੇ ਗੋਲੀਬਾਰੀ ਹੋਈ ਹੈ ਪੁਲਿਸ ਨੇ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਸੁਰੱਖਿਆ ਥਾਵਾਂ ਤੇ ਜਾਣ ਦੀ ਅਪੀਲ ਕੀਤੀ ਯੂਨੀਵਰਸਿਟੀ ਦੇ ਬਾਰਖਾਲ ਅਤੇ ਅਕਾਦਮਿਕ ਇਮਾਰਤ ਨੇੜੇ ਗੋਲੀਬਾਰੀ ਹੋਈ ਹੈ ਅਮਰੀਕਾ ਵਿੱਚ ਇੱਕ ਵਾਰ ਫੇਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇਸਟ ਲੈਂਸਿੰਗ ਸਥਿਤ ਮਿਸ਼ੀਗਨ ਸਟੇਟ ਯੂਨੀਵਰਸਿਟੀ ਵਿੱਚ ਗੋਲੀਬਾਰੀ ਹੋਈ ਜਿੱਥੇ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਜ਼ਖਮੀ ਦੱਸੇ ਜਾ ਰਹੇ ਨੇ। ਯੂਨੀਵਰਸਿਟੀ ਪੁਲਿਸ ਨੇ ਟਵੀਟ ਕਰਕੇ ਕੈਂਪਸ ਅਤੇ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ ਕੀਤੀ। ਪੁਲਿਸ ਮੁਤਾਬਕ ਬਰਕ ਹਾਲ ਅਤੇ आई एम एथलेटिक्स सहूलत वजो जाणी जांदी अकादमिक इमारत ਨੇੜੇ ਦੋ ਥਾਵਾਂ ਤੇ ਗੋਲੀਆਂ ਚਲਾਈਆਂ ਗਈਆਂ ਨੇ ਗੋਲੀਵਾਰੀ ਵਿੱਚ ਤਿੰਨ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਤੇ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਇਹ ਤੇ ਦੱਸ ਦਈਏ ਮਿਸ਼ੀਗਨ ਸਟੇਟ ਯੂਨੀਵਰਸਿਟੀ ਈਸਟ ਲੈਂਸਿੰਗ ਵਿਖੇ ਸਥਿਤ ਹੈ ਪੁਲਿਸ ਨੇ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਸੁਰੱਖਿਆ ਥਾਵਾਂ ਤੇ ਜਾਣ ਦੀ ਅਪੀਲ ਕੀਤੀ ਹੈ ਇੱਕ ਵਾਰ ਮੁੜ ਤੋਂ ਦਹਿਲਿਆ ਦੇ ਯੂਨੀਵਰਸਿਟੀ ਦੇ ਬਾਥ ਹਾਲ ਤੇ ਅਕਾਦਮਿਕ ਇਮਾਰਤ ਨੇੜੇ ਇੱਕ ਗੋਲੀਬਾਰੀ ਹੋਈ ਅਮਰੀਕਾ ਦੀ ਮਿਸ਼ੀਗਨ ਸਟੇਟ ਯੂਨੀਵਰਸਿਟੀ ਵਿੱਚ ਗੋਲੀਬਾਰੀ ਹੋਈ ਹੈ ਗੋਲੀਬਾਰੀ ਨਾਲ ਮੜ ਤੋਂ ਅਮਰੀਕਾ ਦਹਿਲਿਆ ਗੋਲੀਬਾਰੀ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਹੈ ਤੇ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਅਥਾ ਦੱਸਿਆ ਕਿ ਈਸਟ ਲੈਂਸਿੰਗ ਵਿਖੇ ਇਹ ਯੂਨੀਵਰਸਿਟੀ ਇਥੇ ਜਿੱਥੇ ਗੋਲੀਬਾਰੀ ਹੋਈ ਤੇ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਮਿਸ਼ੀਗਨ ਸਟੇਟ ਯੂਨੀਵਰਸਿਟੀ ਵਿੱਚ ਗੋਲੀਬਾਰੀ ਹੋਈ ਜਿਸ ਤੋਂ ਬਾਅਦ ਤਣਾਅ ਦਾ ਮਾਹੌਲ ਇੱਥੇ ਵੇਖਿਆ ਜਾ ਰਿਹਾ ਹੈ ਕਈ ਲੋਕ ਜ਼ਖਮੀ ਹੋਏ ਨੇ ਤਿੰਨ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਅਮਰੀਕਾ ਦੀ ਮਿਸ਼ੀਗਨ ਸਟੇਟ ਯੂਨੀਵਰਸਿਟੀ ਵਿੱਚ ਗੋਲੀਬਾਰੀ ਹੋਈ ਅੱਗੇ ਵਧਾਂਗੇ ਵਿਸ਼ੇ ਪੱਧਰ ਤੇ ਮਨੁੱਖੀ ਤਸਕਰੀ ਵੱਡੀ ਸਮੱਸਿਆ ਬਣ ਗਈ ਹੈ ਸਮੱਸਿਆ ਤੇ ਕਾਬੂ ਪਾਉਣ ਲਈ ਬਾਈਡਨ ਪ੍ਰਸ਼ਾਸਨ ਵੱਲੋਂ ਯਤਨ ਲਗਾਤਾਰ جاری ਹੈ ਕੈਬਨਟ ਪੱਧਰ ਦੀ ਇੰਟਰਜੈਂਸੀ ਟਾਸਕ ਫੋਰਸ ਦੀ ਬੈਠਕ ਹੋਈ ਅਮਰੀਕਾ ਦੀ ਹੋਮਲੈਂਡ ਸਿਕਿਉਰਿਟੀ ਐਡਵਾਈਜ਼ਰ ਲੇਜ ਸ਼ੇਅਰਵਰਡ ਰੈਂਡਲ ਵੱਲੋਂ ਇਥੇ ਵੱਡਾ ਬਿਆਨ ਦਿੱਤਾ ਗਿਆ ਉਨਾ ਕਿ ਹਾਂ 25 ਮਿਲੀਅਨ ਤੋਂ ਵੱਧ ਲੋਕ ਨਰਕ ਵਰਗੀ ਜ਼ਿੰਦਗੀ ਜਿਉਣ ਲਈ ਮਜਬੂਰ ਨੇ ਮਨੁੱਖੀ ਤਸਕਰੀ ਵਿਸ਼ਵ ਪੱਧਰ ਤੇ ਇੱਕ ਵੱਡੀ ਸਮੱਸਿਆ ਦੇ ਰੂਪ ਵਿੱਚ ਸਾਹਮਣੇ ਆ ਰਹੀ ਹੈ ਸਮੱਸਿਆ ਵਿੱਚ ਫਸੇ ਲੋਕ ਮਜ਼ਦੂਰੀ ਦੇ ਵਪਾਰ ਪੀਕ ਮੰਗਣ ਅਤੇ ਗੁਲਾਮਾ ਵਰਗੀ ਜ਼ਿੰਦਗੀ ਜਿਉਣ ਲਈ ਮਜਬੂਰ ਨੇ ਜਿਸ ਤੋਂ ਬਾਅਦ ਬਾਈਡਨ ਪ੍ਰਸ਼ਾਸਨ ਵੱਲੋਂ ਮਨੁੱਖੀ ਤਸਕਰੀ ਦੀ ਸਮੱਸਿਆ ਤੇ ਕਾਬੂ ਪਾਉਣ ਲਈ ਯਤਨ ਕੀਤੇ ਜਾ ਰਹੇ ਨੇ ਅਤੇ ਇਸ ਲਈ ਇੱਕ ਉੱਚ ਪੱਧਰੀ ਕੈਬਨਟ ਪੱਧਰ ਦੀ ਇੰਟਰਜੈਂਸੀ ਟਾਸਕ ਫੋਰਸ ਦਾ ਗਠਨ ਵੀ ਕੀਤਾ ਗਿਆ ਜਿਸ ਦੀ ਮੀਟਿੰਗ ਵਿੱਚ ਅਮਰੀਕਾ ਦੀ ਹੋਮਲੈਂਡ ਸਿਕਿਉਰਿਟੀ ਐਡਵਾਈਜ਼ਰ ਲੇਡ ਸ਼ੇਅਰਵੁੱਡ ਰੈਂਡਲ ਨੇ ਕਿਹਾ ਕਿ 25 ਮਿਲੀਅਨ ਤੋਂ ਵੀ ਵੱਧ ਲੋਕ ਇਹਨਾਂ ਸਮੱਸਿਆਵਾਂ ਦਾ ਸ਼ਿਕਾਰ ਨੇ ਪਰ ਇੰਟਰਜੈਂਸੀ ਟਾਸਕ ਫੋਰਸ ਲਗਾਤਾਰ ਇਸ ਸਮੱਸਿਆ ਦੇ ਹੱਲ ਲਈ ਯਤਨਸ਼ੀਲ ਹੈ। ਵਿਸ਼ਾ ਪਦਾਰਥ ਮਨੁੱਖੀ ਤਸਕਰੀ ਇੱਕ ਵੱਡੀ ਸਮੱਸਿਆ ਬਣ ਗਈ ਹੈ ਜਿਸ ਦਾ ਹੱਲ ਕਰਨ ਦੇ ਲਈ ਮੀਟਿੰਗ ਕੀਤੀ ਗਈ ਸਮੱਸਿਆ ਦੇ ਕਾਬੂ ਪਾਉਣ ਲਈ ਬਾਈਡਨ ਪ੍ਰਸ਼ਾਸਨ ਵੱਲੋਂ ਲਗਾਤਾਰ ਯਤਨ ਜਾਰੀ ਹੈ। ਕੈਬਨਟ ਪੱਧਰ ਦੀ ਇੰਟਰਜੈਂਸੀ ਟਾਸਕ ਫੋਰਸ ਦੀ ਬੈਠਕ ਹੋਈ ਜਿਸ ਵਿੱਚ ਇਸ ਦੇ ਬਾਰੇ ਡਿਸਕਸ਼ਨ ਕੀਤਾ ਗਿਆ। ਮਨੁੱਖੀ ਤਸਕਰੀ ਪੂਰੇ ਵਿਸ਼ਵ ਵਿੱਚ ਇੱਕ ਵੱਡੀ ਸਮੱਸਿਆ ਬਣ ਗਈ ਹੈ। ਅੱਗੇ ਵਧਾਂਗੇ ਅਮਰੀਕਾ ਦਾ ਖੇਤੀਬਾੜੀ ਵਿਭਾਗ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਪੂਰਾ ਯਤਨ ਕਰ ਰਿਹਾ ਹੈ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਮਿੱਟੀ ਪਾਣੀ ਦਾ ਨਿਰੇਖਣ ਵੀ ਕਰ ਰਹੇ ਨੇ ਤੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਵੀ ਸੁਣ ਰਹੇ ਨੇ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਕੈਲੀਫੋਰਨੀਆ ਸੂਬੇ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਕਿਸਾਨਾਂ ਦੇ ਖੇਤਾਂ ਦਾ ਨਿਰੇਖਣ ਕਰਨ ਪੁੱਜੇ ਅਤੇ ਕੈਲੀਫੋਰਨੀਆ ਸੂਬੇ ਵਿੱਚ ਜ਼ਿਆਦਾ ਬਾਰਿਸ਼ ਹੋਣ ਕਾਰਨ ਅਧਿਕਾਰੀਆਂ ਨੇ ਮਿੱਟੀ ਪਾਣੀ ਦੀ ਗੁਣਵੱਤਾ ਨੂੰ ਜਾਣਨ ਦੀ ਕੋਸ਼ਿਸ਼ ਵੀ ਕੀਤੀ ਅਤੇ ਇਸ ਦੌਰਾਨ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਵੀ ਸੁਣਿਆ ਗਿਆ ਇਸ ਮੌਕੇ ਸਾਡੇ ਸਹਿਯੋਗੀ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਨਾਲ ਵਿਸ਼ੇਸ਼ ਗੱਲਬਾਤ ਕੀਤੀ ਅੱਜ ਦੀ ਜਿਹੜੀ ਵਿਜ਼ਿਟ ਤੁਸੀਂ ਫਾਰਮਰਸ ਦੇ ਕਰ ਰਹੇ ਹੋ ਕੀ ਮਕਸਦ ਹੈ ਇਹਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਰੀਆਂ ਨੂੰ ਮੇਰਾ ਨਾਮ ਦਇਆਦੀਪਕ ਸਿੰਘ ਮੈਂ ਬਤੌਰ ਇੰਜੀਨੀਅਰ ਕੰਮ ਕਰਦਾ ਯੂਐਸ ਡਿਪਾਰਟਮੈਂਟ ਆਫ ਐਗਰੀਕਲਚਰ ਦੇ ਵਿੱਚ ਸੋ ਅੱਜ ਅਸੀਂ ਸਾਡੀ ਵਿਜ਼ਿਟ ਸੀ ਅਸੀਂ ਆਪਦੇ ਵੱਡੇ ਨੁਮਾਇੰਦੇ ਨੂੰ ਲੈ ਕੇ ਵੱਖਰੇ ਵੱਖਰੇ ਖੇਤਾਂ ਦਾ ਸਰਵੇ ਕਰ ਰਹੇ ਹਾਂ ਤੇ ਗਰੋਰਾਂ ਨੂੰ ਮਿਲ ਰਹੇ ਹਾਂ ਕਿ ਫਾਰਮਰਾਂ ਨੂੰ ਅੱਜ ਅਸੀਂ ਪਹੁੰਚੇ ਹੋਏ ਹਾਂ ਸਰਦਾਰ ਕੇਵਲ ਸਿੰਘ 바ਸੀ ਜੀ ਦੇ ਖੇਤ ਦੇ ਵਿੱਚ ਤੇ ਅਸੀਂ ਇਹਨਾਂ ਨੂੰ ਜਾਣਨਾ ਚਾਹੁੰਦੇ ਹਾਂ ਵੀ ਇਸ ਵਕਤ ਜਿਹੜੀਆਂ ਸਾਡੀਆਂ ਪ੍ਰੋਬਲਮਸ ਕੀ ਆ ਰਹੀਆਂ ਖੇਤੀਬਾੜੀ ਦੇ ਵਿੱਚ ਖਾਸ ਕਰਕੇ ਪਾਣੀ ਦੇ ਨਾਲ ਲੱਗ ਕੇ ਸੋ ਜਿਹੜੀਆਂ ਸਾਡੀਆਂ ਪਾਲਿਸਿਸ ਆ ਜਿਹੜੇ ਨਵੇਂ ਪ੍ਰੋਗ ਪ੍ਰੋਗਰਾਮ ਦੇ ਮੁਤਾਬਕ ਹੀ ਲੈ ਕੇ ਆਈਏ ਕਿ ਤਾਂ ਕਿ ਹੋ ਸਕਦਾ ਸਭ ਤੋਂ ਵੱਧ ਤੋਂ ਵੱਧ ਫਾਇਦਾ ਚੱਕ ਸਕਣ ਅੱਛਾ ਜਿੱਦਾਂ ਕਿ ਇਸ ਵਾਰ ਤਾਂ بارش ਵੀ ਹੋਈ ਹੈ ਔਰ ਦੂਸਰੀ ਗੱਲ ਆ ਕਿ ਹੁਣ ਕਿਸਾਨ ਇੱਕ ਵਾਰ ਫੇਰ ਫ੍ਰੀਜ਼ ਤੋਂ ਡਰਦੇ ਪਏ ਪਿਛਲੇ ਸਾਲ ਫ੍ਰੀਜ਼ ਬਹੁਤ ਪਈ ਸੀ ਤੇ ਉਹਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਦਾ ਇਹ ਦੇਖ ਰਹੇ ਹੋ ਇਹਨੂੰ ਹਾਂਜੀ ਸੋ ਜਿਹੜੇ ਸਾਡੇ ਪਹਿਲਾਂ ਪ੍ਰੋਗਰਾਮ ਸੀਗੇ ਉਹ ਸਾਰੇ ਡਰਾਉਟ ਬੇਸਡ ਸੀਗੇ ਵੀ ਸੋਕੇ ਤੋਂ ਆਪਾਂ ਕਿੱਦਾਂ ਕਿੱਦਾਂ ਹੁਣ ਥੋੜੀ ਜੀ ਪਾਣੀ ਦੀ ਥੋੜੀ ਜੀ ਐਕਸੈਸ ਹੈਗੇ ਸੋ ਅਸੀਂ ਥੋੜਾ ਜਿਹਾ ਕੇ ਟਾਰਗੇਟ ਕਰ ਰਿਹਾ ਵੀ ਉਹ ਪਾਣੀ ਨੂੰ ਖੇਤ ਤੱਕ ਕਿਵੇਂ ਪਹੁੰਚਦਾ ਕਰੀਏ ਸੋ ਉਸ ਦੇ ਰਿਲੇਟਿਵ ਆਪਾਂ ਅੱਜ ਬੀਬੀ ਸਾਹਿਬ ਨੂੰ ਮਿਲ ਰਹੇ ਆ ਤੇ ਆਪਾਂ ਦੇਖਾਂਗੇ ਵੀ ਹੋਰ ਨਵੇਂ ਕਿੱਦਾਂ ਦੇ ਪ੍ਰੋਗਰਾਮ ਲਿਆ ਸਕਦੇ ਆ ਜਿਵੇਂ ਪਾਈਪਲਾਈਨ ਜਾਂ ਨਵੇਂ ਪੰਪਿੰਗ ਪਲੈਂਟ ਜਾਂ ਕੁਝ ਵੀ ਹੋ ਸਕੇ ਜਿਸ ਨਾਲ ਆਪਾਂ ਇਹ ਪਾਣੀ ਕਿਸਾਨ ਤੱਕ ਪਹੁੰਚਦਾ ਕਰੀਏ ਔਰ ਕਈ ਜਗ੍ਹਾ ਤੇ ਤਾਂ ਜਿਹੜੀਆਂ ਨਹਿਰੀ ਪਾਣੀ ਚੱਲਦਾ ਖੇਤ ਫਾਰਮਰ ਨੂੰ ਡਿੱਗ ਕਰਨਾ ਪੈਂਦਾ ਪਾਣੀ ਗਰਾਉਂਡ ਚੋਂ ਲੈਣਾ ਪੈਂਦਾ ਔਰ ਜਿੱਥੇ ਪਾਣੀ ਦਾ ਐਕਸੈਸ ਬਹੁਤ ਘੱਟ ਆ ਉਹਦੇ ਵਾਸਤੇ ਪਲੈਨਿੰਗ ਹੋ ਰਹੀ ਹੈ ਹਾਂਜੀ ਜਿਹੜਾ ਤਾਂ ਦੇਖੋ ਹੁਣ ਜਿਹੜਾ ਮੈਂ ਪਰਸਨਲ ਤੌਰ ਤੇ ਵੀ ਸਾਡੀ ਏਜੰਸੀ ਵੀ ਸਾਡੀ ਕੋਸ਼ਿਸ਼ ਇਹ ਆ ਵੀ ਧਰਤੀ ਚੋਂ ਘੱਟ ਤੋਂ ਘੱਟ ਪਾਣੀ ਕੱਢਿਆ ਜਾਵੇ ਸੋ ਉਸ ਮੁਤਾਬਿਕ ਸਾਡੀ ਜਿੱਥੇ ਸਰਫੇਸ ਵਾਟਰ ਅਵੇਲੇਬਲ ਹੈ ਪਰ ਉਸ ਦੀ ਕਿਸਾਨਾਂ ਤੋ ਪਹੁੰਚ ਹੈ ਨਹੀਂ ਸੋ ਸਾਡੀ ਕੋਸ਼ਿਸ਼ ਇਹ ਆ ਵੀ ਉਸ ਦੀ ਪਹੁੰਚ ਪੈਦਾ ਕੀਤੀ ਜਾਵੇ ਕਿਸੇ ਵੀ ਤਰੀਕੇ ਨਾਲ ਤਾਂ ਕਿ ਉਹ ਥੱਲੋ ਪਾਣੀ ਨਾ ਕੱਢ ਸਕਣ ਹਾਂਜੀ ਸ਼ੁਕਰੀਆ ਜੀ ਸੋ ਯੂਐਸਡੀਏ ਦੇ ਜਿਹੜੇ ਪ੍ਰਤੀਨਿਧੀ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੀਐਮ ਭਗਵੰਤ ਮਾਨ ਨੇ ਰਾਜਪਾਲ ਨੂੰ ਲਿਖਤੀ ਜਵਾਬ ਭੇਜਿਆ ਮੁੱਖ ਮੰਤਰੀ ਮਾਨ ਨੇ ਰਾਜਪਾਲ ਨੂੰ ਸਵਾਲ ਪੁੱਛੇ ਨੇ ਪੁੱਛਿਆ ਕਿ ਤੁਸੀਂ ਦੱਸੋ ਰਾਜਪਾਲ ਦੀ ਚੋਣ ਦਾ ਆਧਾਰ ਕਿਉਂਕਿ ਬੀਤੇ ਦਿਨੀ ਆਧਾਰ ਹੀ ਪੁੱਛਿਆ ਗਿਆ ਸੀ ਜੋ ਪ੍ਰਿੰਸੀਪਲਸ ਨੂੰ ਸਿੰਗਾਪੁਰ ਭੇਜਿਆ ਗਿਆ ਸੀ ਤੇ ਅਸਦੇ ਮੁਤਾਬਕ ਇਥੇ ਸਵਾਲ ਪੁੱਛਿਆ ਗਿਆ ਕਿ ਤੁਸੀਂ ਦੱਸੋ ਰਾਜਪਾਲ ਦੀ ਚੋਣ ਦਾ ਆਧਾਰ ਕੀ ਹੈ ਰਾਜਪਾਲ ਨੇ ਸਿੰਗਾਪੁਰ ਭੇਜੇ ਪ੍ਰਿੰਸੀਪਲਾਂ ਦੀ ਚੋਣ ਦਾ ਆਧਾਰ ਪੁੱਛਿਆ ਸੀ ਜਿਸ ਨੂੰ ਲੈ ਕੇ ਹੁਣ ਇਥੇ ਸੀਐਮ ਮਾਨ ਦਾ ਵੀ ਪਲਟਵਾਰ ਲਿਖਤੀ ਰੂਪ ਵਿੱਚ ਵੇਖਿਆ ਗਿਆ ਹਾਲਾਂਕਿ ਇਸ ਤੋਂ ਪਹਿਲਾਂ ਟਵੀਟ ਕੀਤਾ ਗਿਆ ਸੀ ਸੀਐਮ ਮਾਨ ਵੱਲੋਂ ਕਿ ਇਹ ਹੀ ਹੈ ਤੁਹਾਡਾ ਜਵਾਬ ਪਰ ਹੁਣ ਲਿਖਤੀ ਜਵਾਬ ਭੇਜਿਆ ਗਿਆ ਰਾਜਪਾਲ ਨੂੰ ਮੁੱਖ ਮੰਤਰੀ ਮਾਨ ਨੇ ਰਾਜਪਾਲ ਨੂੰ ਸਵਾਲ ਪੁੱਛੇ ਨੇ ਪੁੱਛਿਆ ਕਿ ਤੁਸੀਂ ਦੱਸੋ ਕਿ ਰਾਜਪਾਲ ਦੀ ਚੋਣ ਦਾ ਆਧਾਰ ਕੀ ਹੈ ਰਾਜਪਾਲ ਨੇ ਬੀਤੇ ਦਿਨੀ ਇੱਕ ਪੱਤਰ ਭੇਜਿਆ ਸੀ ਜਿਸ ਵਿੱਚ ਕਈ ਮੁੱਦੇ ਚੁੱਕੇ ਸਨ ਤੇ ਕਈ ਸਵਾਲ ਪੁੱਛੇ ਸਨ ਸੁਪਾ ਸਰਕਾਰ ਤੋਂ ਜਿਨ੍ਹਾਂ ਵਿੱਚੋਂ ਇੱਕ ਸਵਾਲ ਸੀ ਸਿੰਗਾਪੁਰ ਭੇਜੇ ਗਏ ਪ੍ਰਿੰਸੀਪਲ ਦੇ ਕ੍ਰਾਈਟੇਰੀਆ ਦਾ ਜਿਸ ਵਿੱਚ ਰਾਜਪਾਲ ਸਾਹਿਬ ਤੌਰ ਤੇ ਕਹਿੰਦੇ ਹੋਏ ਨਜ਼ਰ ਆਏ ਸਨ ਕਿ ਮੈਨੂੰ ਕ੍ਰਾਈਟੇਰੀਆ ਦੱਸਿਆ ਜਾਵੇ 15 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ ਜੇਕਰ 15 ਦਿਨਾਂ ਵਿੱਚ ਜਵਾਬ ਸੁਪਾ ਸਰਕਾਰ ਨਹੀਂ ਦਿੰਦੀ ਤਾਂ ਕਾਨੂੰਨੀ ਸਲਾਹ ਲਵਾਂਗਾ ਇਹ ਚੇਤਾਵਨੀ ਵੀ ਰਾਜਪਾਲ ਵੱਲੋਂ ਦਿੱਤੀ ਗਈ ਸੀ ਰਾਜਪਾਲ ਨੇ ਸਿੰਗਾਪੁਰ ਭੇਜੇ ਪ੍ਰਿੰਸੀਪਲਾਂ ਦੀ ਚੌਣ ਦਾ ਆਧਾਰ ਪੁੱਛਿਆ ਸੀ ਦੱਸ ਦਈਏ ਬਿੱਤੇ ਦਿਨੀ ਸਿੰਗਾਪੋਰ ਕੋਜ ਦੇ ਪ੍ਰਿੰਸੀਪਲਸ ਗਏ ਸਨ ਤੇ ਇਸ ਨੂੰ ਲੈ ਕੇ ਸੁਪਾ ਸਰਕਾਰ ਨੇ ਆਪਣਾ ਤਰਕ ਵੀ ਦਿੱਤਾ ਸੀ ਕਿ ਉਹਨਾਂ ਨੂੰ ਟ੍ਰੇਨਿੰਗ ਦੇ ਲਈ ਇਸ ਤਰ੍ਹਾਂ ਬਾਹਰ ਭੇਜਿਆ ਗਿਆ ਸੀ ਤੇ ਅੱਗੇ ਵੀ ਭੇਜਿਆ ਜਾਵੇਗਾ ਸਾਡੇ ਨਾਲ ਰਵਿੰਦਰ ਜੁੜਗੇ ਨੇ ਵਿਧੇਰੀ ਜਾਣਕਾਰੀ ਦੇਣ ਲਈ ਰਵਿੰਦਰ ਇਹ ਵਾਰ ਪਲਟਵਾਰ ਦਾ سلسلہ ਲਗਾਤਾਰ جاری ਹੈ ਪਹਿਲਾ ਟਵੀਟ ਨਾ ਹੀ ਉਸ ਤੋਂ ਬਾਅਦ ਅਜੇ ਵਿਧਾਨ ਸਭਾ ਵਿੱਚ ਤੇ ਹੁਣ ਇਹ ਤੀਜੀ ਵਾਰ ਰਿਟਰਨ ਵਿੱਚ ਜਵਾਬ ਦਿੱਤਾ ਗਿਆ ਹੈ ਮੁੱਖ ਮੰਤਰੀ ਮਾਨ ਵੱਲੋਂ ਰਾਜਪਾਲ ਨੂੰ ਇਥੇ ਸਿੱਧੇ ਤੌਰ ਤੇ ਆਧਾਰ ਹੀ ਪੁੱਛ ਲਿਆ ਗਿਆ ਰਾਜਪਾਲ ਦੀ ਚੋਣ ਦਾ ਜੀ ਬਸ ਦੇਖੇ ਲਗਾਤਾਰ ਜਿਹੜੀ ਹੈਗੀ ਹੈ ਤਲਕੀ ਉਹ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਗਵਰਨਰ ਪਰਵਾਦੀਆ ਤੋਂ ਸਪੱਸ਼ਟ ਇਨਕਾਰ ਤੇ ਖੜੀ ਆ ਤਾਂ ਇੱਕ ਵਾਰ ਫਿਰ ਤੋਂ ਜਿਹੜਾ ਹੈਗਾ ਵਿਵਾਦ ਜਿਹੜਾ ਹੁੰਦਾ ਹੋਇਆ ਕਿ ਦੇਖ ਰਿਹਾ ਪਰ ਉਹਨਾਂ ਸਬੰਧ ਦੇ ਖਿਦਮਤ ਯਾਦ ਦੇ ਮੁਖਤਿਰ ਜੀ ਉਹਨਾਂ ਨੇ ਸਪਸ਼ਟ ਕੀਤਾ ਕਿ ਅਸੀਂ 3 ਕਰੋੜ ਪੰਜਾਬੀਆਂ ਦੇ ਜਵਾਬਦੇਹ ਹੈਗੇ ਆ ਯਾਨੀ ਉਹ ਜਵਾਬ ਦੇਣਾ ਠੀਕ ਨਹੀਂ ਸਮਝਦੇ ਕਿ ਉਹ ਪੰਜਾਬ ਦੇ ਗੁਰਦਵਾਰੇ ਨੂੰ ਜਵਾਬ ਦੇਣ ਤੇ ਨਾਲ ਨਾਲ ਉਹਨਾਂ ਨੇ ਜਿਹੜਾ ਦੂਸਰਾ ਪੁਆਇੰਟ ਲਿਖਿਆ ਉਹ ਅਸੀਂ ਆਪਣੇ ਪੜ੍ਹ ਕੇ ਆਪਣੇ ਦਰਖਾਣੇ ਵੀ ਦਿਖਾ ਦਿੰਦੇ ਆ ਮੈਨੂੰ ਮੈਨੂੰ ਪੁੱਛਿਆ ਹੈ ਕਿ ਸਿੰਗਾਪੁਰ ਵਿੱਚ ਵਿਕੇ ਟ੍ਰੇਨਿੰਗ ਦੇ ਪ੍ਰਿੰਸੀਪਲਾਂ ਦੀ ਚੋਣ ਕਿਸ ਆਧਾਰ ਤੇ ਕੀਤੀ ਗਈ ਪੰਜਾਬ ਦੇ ਵਾਸੀ ਇਹ ਪੁੱਛਣਾ ਚਾਹੁੰਦੇ ਹਨ ਕਿ ਭਾਰਤੀ ਸੰਵਿਧਾਨ ਕਿਸੇ ਭਾਈ ਇਸੇ ਸਭ ਦਾ ਅੰਦੇਚ ਕਿਸੇ ਸਪਸ਼ਟ ਯੋਗਤਾ ਦੀ ਅਨਹੋਦ ਵਿੱਚ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਰਾਜਾਂ ਵਿੱਚ ਰਾਜਪਾਲ ਕਿਸ ਆਧਾਰ ਤੇ ਚੁਣੇ ਜਾਂਦੇ ਨੇ ਕਿਰਪਾ ਕਰਕੇ ਦੱਸ ਕੇ ਪੰਜਾਬੀਆਂ ਦੀ ਜਾਣਕਾਰੀ ਤੇ ਵਾਧੇ ਕੀਤਾ ਜਾਵੇ ਯਾਨੀ ਕਿ ਵਰਨ ਵੀ ਚਿੰਤਾ ਇਸ ਤਰ੍ਹਾਂ ਹੁੰਦੀ ਆ ਇਹ ਹੀ ਪੁੱਛ ਲਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਗਵਰਨਰ ਨੂੰ ਤਾਂ ਸਿੱਧੇ ਤੌਰ ਤੇ ਅਖਾਂ ਟਿਕਾਉਣ ਵਾਲੀ ਗੱਲ ਵੀ ਕਹਿ ਜਾ ਸਕਦਾ ਕਿ ਪੰਜਾਬ ਦੇ ਜਿਹੜੇ ਗਵਰਨਰ ਹੈਗੇ ਆ ਉਹ ਪੰਜਾਬ ਸਿਆਸਤ ਦੇ ਵਿੱਚ ਇੰਟਰਫੇਅਰ ਲਗਾਤਾਰ ਜ਼ਿਆਦਾ ਕਰ ਰਹੇ ਨੇ ਇਹ ਜਿਹੜਾ ਹੈਗਾ ਰਿਪਲਾਈ ਕੀਤਾ ਗਿਆ ਪੰਜਾਬ ਦੇ ਮੁੱਖ ਉਪਰੀਵੰਨੋ ਪੰਜਾਬ ਦੇ ਗਵਰਨਰ ਨੂੰ ਹਾਲਾਂਕਿ ਇਹ ਕੋਈ ਪਹਿਲਾ ਪ੍ਰੋਟੋਕਾਲ ਨਹੀਂ ਹੈਗਾ ਜਦੋਂ ਪੰਜਾਬ ਦੇ ਗਵਰਨਰ ਅਤੇ ਮੁੱਖ ਮੰਤਰੀ ਇੱਕ ਦੂਜੇ ਦੇ ਸਾਹਮਣੇ ਹੋਏ ਹੋਣ ਸੋ ਪਹਿਲਾ ਵੀ ਜੈ ਵੀ ਸੀ ਦੇ ਮਸਲੇ ਤੇ ਹੁਣ ਵਿਆਪਕ ਰ ਹੋਰ ਬਹੁਤ ਸਾਰੇ ਮਸਲੇ ਜਿਹੜੇ ਹੈਗੇ ਜਿਨ੍ਹਾਂ ਤੇ ਲਗਾਤਾਰ ਇੱਕ ਦੂਜੇ ਦੇ ਸਾਹਮਣੇ ਦੇਖਦੇ ਆਏਗੇ ਪੰਜਾਬ ਦੇ ਗਵਰਨਰ ਅਤੇ ਮੁੱਖ ਮੰਤਰੀ ਜੀ ਬਿਲਕੁਲ ਰਮੇਂਦਰ ਬੇਸ਼ੱਕ ਮੰਚੇ ਇੱਕ ਸਾਂਝਾ ਕੀਤਾ ਜਾਂਦਾ ਪਰ ਜੋ ਐਕਸਪ੍ਰੈਸ਼ਨ ਨਜ਼ਰ ਆਉਂਦੇ ਨੇ ਇੱਕ ਦੂਜੇ ਨੂੰ ਲੈ ਕੇ ਉਸ ਤੋਂ ਸਾਫ਼ ਬਿਆਹ ਹੁੰਦਾ ਹੈ ਕਿ ਤਲਕੀ ਲਗਾਤਾਰ ਬਰਕਰਾਰ ਹੈ ਇੱਕ ਵਾਰੀ ਦਰਸ਼ਕਾਂ ਨੂੰ ਦੱਸ ਦਿੰਦੇ ਆ ਕਿ ਜੋ ਸੀਐਮ ਮਾਨ ਨੇ ਇਹ ਜੋ ਚਿੱਠੀ ਭੇਜੀ ਹੈ ਲਿਖਤੀ ਜਵਾਬ ਹੈ ਜੇ ਉਸ ਦੇ ਵਿੱਚ ਕੀ ਲਿਖਿਆ ਮੈਨੂੰ ਤੁਹਾਡੀ ਚਿੱਠੀ ਨੰਬਰ ਹੈ ਹਵਾਲਾ ਦਿੱਤਾ ਗਿਆ ਜੋ ਲੈਟਰ ਨੰਬਰ ਬਿੱਤੇ ਦਿਨੀ ਜੋ ਜਾਰੀ ਕੀਤਾ ਗਿਆ ਸੀ ਜੋ ਰਾਜਪਾਲ ਵੱਲੋਂ ਇੱਥੇ ਭੇਜਿਆ ਗਿਆ ਸੀ 13 ਫਰਵਰੀ ਨੂੰ ਜੋ ਚਿੱਠੀ ਮਿਲੀ ਸੀ ਆਪ ਜੀ ਦੀ ਚਿੱਠੀ ਵਿੱਚ ਜਿੰਨੇ ਵੀ ਵਿਸ਼ੇ ਲਿਖੇ ਨੇ ਉਹ ਸਾਰੇ ਰਾਜ ਸਰਕਾਰ ਦੇ ਵਿਸ਼ੇ ਨੇ ਕਿਉਂਕਿ ਕਈ ਵਿਸ਼ਿਆਂ ਦਾ ਜ਼ਿਕਰ ਕੀਤਾ ਗਿਆ ਸੀ ਰਾਜਪਾਲ ਵੱਲੋਂ ਤੇ ਉਹਨਾਂ तमाम ਵਿਸ਼ਿਆਂ ਬਾਰੇ ਇੱਥੇ ਜ਼ਿਕਰ ਕਰਦੇ ਹੋਏ ਨਜ਼ਰ ਆਏ ਨੇ ਮੁੱਖ ਮੰਤਰੀ ਮਾਨ ਉਹ ਸਾਰੇ ਰਾਜ ਸਰਕਾਰ ਦੇ ਵਿਸ਼ੇ ਨੇ ਤੇ ਇਸ ਸੰਬੰਧ ਵਿੱਚ ਮੈਂ ਸਪਸ਼ਟ ਕਰਨਾ ਚਾਹਾਂਗਾ ਕਿ ਭਾਰਤੀ ਸੰਵਿਧਾਨ ਅਨੁਸਾਰ ਮੈਂ ਅਤੇ ਮੇਰੀ ਸਰਕਾਰ 3 ਕਰੋੜ ਪੰਜਾਬੀਆਂ ਨੂੰ ਜਵਾਬਦੇਹ ਹਾਂ ਉੱਤੇ ਇੱਕ ਦੂਜਾ ਪੁਆਇੰਟ ਜੋ ਲਿਖਿਆ ਆਪਣੇ ਮੈਨੂੰ ਪੁੱਛਿਆ ਕਿ ਸਿੰਗਾਪੁਰ ਵਿਖੇ ਟ੍ਰੇਨਿੰਗ ਲਈ ਪ੍ਰਿੰਸੀਪਲਾਂ ਦੀ ਚੋਣ ਕਿਸ ਆਧਾਰ ਤੇ ਕੀਤੀ ਗਈ ਇੱਕ ਸਵਾਲ ਪੁੱਛਿਆ ਗਿਆ ਸੀ ਰਾਜਪਾਲ ਵੱਲੋਂ ਕਿ ਸਿੰਗਾਪੁਰ ਵਿਖੇ ਜੋ ਪ੍ਰਿੰਸੀਪਲਸ ਭੇਜੇ ਗਏ ਉਹਨਾਂ ਨੂੰ ਕਿਸ ਆਧਾਰ ਤੇ ਭੇਜਿਆ ਗਿਆ ਕੀ ਕ੍ਰਾਈਟੇਰੀਆ ਰਹਾ ਇਥੇ ਪਾਰਸ਼ੀਅਲਟੀ ਹੋਈ ਹੈ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਮਿਲੀਆਂ ਨੇ ਇਹ ਕਹਿਣਾ ਸੀ ਰਾਜਪਾਲ ਦਾ ਉਸਤੇ ਵੀ ਬੋਲਦੇ ਹੋਏ ਨਜ਼ਰ ਆਏ ਸੀਮਾਨ ਕਿ ਪੰਜਾਬ ਦੇ ਵਾਸੀ ਇਹ ਪੁੱਛਣਾ ਚਾਹੁੰਦੇ ਨੇ ਕਿ ਭਾਰਤੀ ਸੰਵਿਧਾਨ ਵਿੱਚ ਕਿਸੇ ਸਪਸ਼ਟ ਯੋਗਤਾ ਦੀ ਅਣਹੋਂਦ ਵਿੱਚ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਰਾਜਾਂ ਵਿੱਚ ਰਾਜਪਾਲ ਕਿਸ ਆਧਾਰ ਤੇ ਚੁਣੇ ਜਾਂਦੇ ਨੇ ਕਿਰਪਾ ਕਰਕੇ ਇਹ ਦੱਸ ਕੇ ਪੰਜਾਬੀਆਂ ਦੀ ਜਾਣਕਾਰੀ ਵਿੱਚ ਵਾਅਦਾ ਕੀਤਾ ਜਾਵੇ ਇਸ ਚਿੱਠੀ ਵਿੱਚ ਸਾਫ਼ ਤੌਰ ਤੇ ਸੀਐਮ ਆਨ ਦਾ ਵੀ ਤਲਕੀ ਭਰਿਆ ਲਹਿਜਾ ਨਜ਼ਰ ਆਇਆ ਬੇਸ਼ੱਕ ਐਨੇ ਜ਼ਿਆਦਾ ਪੁਆਇੰਟਸ ਨਹੀਂ ਲਿਖੇ ਆ ਜਿਨ੍ਹਾਂ ਰਾਜਪਾਲ ਵੱਲੋਂ ਬੀਤੇ ਦਿਨੀ ਆਪਣੇ ਪੱਤਰ ਵਿੱਚ ਪੁੱਛੇ ਗਏ ਸਨ ਪਰ ਦੋ ਪੁਆਇੰਟਸ ਵਿੱਚ ਹੀ ਉਹਨਾਂ ਤਮਾਮ ਸਵਾਲਾਂ ਦਾ ਜੋ ਹੈ ਜਵਾਬ ਦਿੰਦੇ ਹੋਏ ਇੱਥੇ ਨਜ਼ਰ ਆ ਰਹੇ ਨੇ ਤੇ ਸਵਾਲ ਹੀ ਪੁੱਛ ਲਿਆ ਥੇ ਕਿ ਤੁਸੀਂ ਦੱਸੋ ਕਿ ਰਾਜਪਾਲ ਦੀ ਚੋਣ ਦਾ ਆਧਾਰ ਕੀ ਹੈ ਜੋ ਰਾਜਪਾਲ ਚੁਣੇ ਜਾਂਦੇ ਨੇ ਉਸ ਦਾ ਆਧਾਰ ਕੀ ਹੈ ਸਾਡੇ ਨਾਲ ਸਾਡੇ ਸਹਿਯੋਗੀ ਰਵਿੰਦਰ ਲਗਾਤਾਰ ਜੁੜੇ ਹੋਏ ਨੇ ਰਵਿੰਦਰ ਇਸ ਚਿੱਠੀ ਵਿੱਚ ਵੇਖਿਆ ਜਾ ਸਕਦਾ ਹੈ ਬੇਸ਼ੱਕ ਇੰਨੇ ਸਾਰੇ ਪੁਆਇੰਟਸ ਨਹੀਂ ਮੈਂਸ਼ਨ ਕੀਤੇ ਗਏ ਪਰ ਇਸ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਉਹਨਾਂ ਸਾਰੇ ਪੁਆਇੰਟਸ ਦਾ ਜ਼ਿਕਰ ਇੱਕੋ ਹੀ ਲਾਈਨ ਵਿੱਚ ਕਰਦੇ ਹੋਏ ਨਜ਼ਰ ਆ ਰਹੇ ਨੇ ਸੀਐਮ ਜੀ ਬਿਲਕੁਲ ਦੇਖੋ ਇਹ ਬਹੁਤ ਵੱਡੇ ਸਵਾਲੀਆ ਨਿਸ਼ਾਨ ਪੰਜਾਬ ਦੇ ਮੁੱਖ ਮੰਤਲੋਂ ਪੰਜਾਬ ਦੇ ਗਵਰਨਰ ਦੇ ਅਹੁਦੇ ਤੇ ਚੱਕੇ ਗਏ ਨੇ ਗਵਰਨਰ ਤੋਂ ਜ਼ਿਆਦਾ ਉਹਨਾਂ ਦੇ ਅਹੁਦੇ ਤੇ ਸਵਾਲ ਇਸ ਨੂੰ ਜ਼ਿਆਦਾ ਕਿਹਾ ਜਾ ਸਕਦਾ ਕਿਉਂਕਿ ਗਵਰਨਰ ਤੇ ਮੁੱਖ ਮੰਤਰੀ ਤਾਂ ਦੋਨੇ ਆਮਣੇ ਸਾਹਮਣੇ ਲਗਾਤਾਰ ਦੇਖਦੇ ਆ ਹੀ ਨਹੀਂ ਅੱਜ ਤੱਕ ਲੇਕਿਨ ਹੁਣ ਗਵਰਨਰ ਦੇ ਅਹੁਦੇ ਨੂੰ ਲੈ ਕੇ ਕੀ ਜਿਹੜੇ ਹੈਗਾ ਕ੍ਰਾਈਟੇਰੀਆ ਹੁੰਦਾ ਕੀ ਪ੍ਰੋਟੋਕੋਲ ਹੁੰਦਾ ਉਸੇ ਤੇ ਸਵਾਲ ਚੱਕ ਦਿੱਤੇ ਨੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹਾਲਾਂਕਿ ਉਹਨਾਂ ਵੱਲੋਂ ਇਹ ਵੀ ਗੱਲ ਕਹੀ ਗਈ ਕਿ ਅਸੀਂ ਤੁਹਾਨੂੰ ਜਵਾਬ ਦੇ ਨਹੀਂ ਹੈਗੇ ਅਸੀਂ ਪੰਜਾਬ ਦੇ ਲੋਕਾਂ ਨੂੰ ਜਵਾਬ ਦੇ ਆ ਤਾਂ ਇਸ ਖਬਰ ਨੂੰ ਦੋ ਐਂਗਲਸ ਨਾਲ ਦੇਖਿਆ ਜਾ ਸਕਦਾ ਹੈ ਇੱਕ ਐਂਗਲ ਕਿ ਪੰਜਾਬ ਦੇ ਗਵਰਨਰ ਜਦੋਂ ਪੰਜਾਬ ਵਿੱਚ ਜਦੋਂ ਇੰਟਰਫੇਅਰ ਕਰਦੇ ਨੇ ਮਸਲਿਆਂ ਵਿੱਚ ਇੰਟਰਫੇਅਰ ਕਰਦੇ ਨੇ ਸਰਕਾਰ ਦੇ ਕੰਮਾਂ ਵਿੱਚ ਇੰਟਰਫੇਅਰ ਕਰਦੇ ਨੇ ਤਾਂ ਉਸ ਨੂੰ ਫੈਡਰਲ ਸਿਸਟਮ ਦੇ ਵਿੱਚ ਸਿੱਧਾ ਇੰਟਰਫੇਰੈਂਸ ਜਾਂ ਦਖਲ ਵੀ ਕਿਹਾ ਜਾਂਦਾ ਹੈ ਕਿ ਫੈਡਰਲ ਸਿਸਟਮ ਤੇ ਅਟੈਕ ਵੀ ਮੰਨਿਆ ਜਾਂਦਾ ਲੇਕਿਨ ਜਦੋਂ ਇਸ ਤਰੀਕੇ ਦੇ ਜਦੋਂ ਇੰਟਰਫੇਅਰ ਕੀਤੇ ਜਾਂਦੇ ਆ ਤਾਂ ਗਵਰਨਰ ਵੱਲੇ ਤਰਕ ਦਿੱਤਾ ਜਾਂਦਾ ਕਿ ਮੈਂ ਪੰਜਾਬ ਦੇ ਵਿੱਚ ਕੀ ਹੋ ਰਿਹਾ ਨਸ਼ਾ ਕਿੰਨਾ ਵੱਧ ਰਿਹਾ ਯਾਦਰ ਕੋਈ ਸਵਧਾਨਿਕ ਤੌਰ ਤੇ ਕੰਮ ਹੋ ਰਿਹਾ ਕਿ ਨਹੀਂ ਹੋ ਰਿਹਾ ਤੇ ਮੈਂ ਪੁੱਛ ਸਕਦਾ ਮੈਂ ਜਾਣ ਸਕਦਾ ਮੈਂ ਪੰਜਾਬ ਦਾ ਗਵਰਨਰ ਹਾਂ ਤਾਂ ਮੈਂ ਇਹ ਹیثیت ਰੱਖਦਾ ਮੈਂ ਇਹ ਅਧਿਕਾਰ ਰੱਖਦਾ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ ਉਹ ਸਹੀ ਹੋ ਰਿਹਾ ਕਿ ਨਹੀਂ ਹੋ ਰਿਹਾ ਤੇ तमाम ਚੀਜ਼ਾਂ ਜਿਹੜੀਆਂ ਹੈਗੀਆਂ ਪੰਜਾਬ ਦੇ ਗਵਰਨਰ ਵੱਲੋਂ ਕਹੀ ਜਾਂਦੀਆਂ ਨੇ ਤਾਂ ਇਹ ਦੋ ਪਹਿਲੂ ਜਿਹੜੇ ਹੈਗੇ ਆ ਮੁੱਖ ਤੌਰ ਤੇ ਪਹਿਲੂ ਹੈਗੇ ਨੇ ਹਾਲਾਂਕਿ ਆਪੋਜੀਸ਼ਨ ਪਾਰਟੀਆਂ ਵੱਲੋਂ ਵੀ ਦੋ ਤਿੰਨ ਤਰ੍ਹਾਂ ਦੇ ਰਿਐਕਸ਼ਨ ਆਉਂਦੇ ਰਹੇ ਨੇ ਪਹਿਲਾ ਰਿਐਕਸ਼ਨ ਇਹ ਆਉਂਦਾ ਕਿ ਫੈਡਰਲ ਸਿਸਟਮ ਤੇ ਅਟੈਕ ਨਹੀਂ ਹੋਣਾ ਚਾਹੀਦਾ ਦਖਲ ਨਹੀਂ ਦਿੱਤਾ ਜਾਣਾ ਚਾਹੀਦਾ ਇਹ ਸੋ ਪਹਿਲਾਂ ਵੀ ਕਈ ਵਾਰ ਇਸ ਤਰੀਕੇ ਦੀ ਤਸਵੀਰ ਬਣਦੀ ਹੋਈ ਨਜ਼ਰ ਆਉਂਦੀ ਰਹੀ ਹੈ ਜਦੋਂ ਪੰਜਾਬ ਦੇ ਗਵਰਨਰ ਪੰਜਾਬ ਦੀ ਸਰਕਾਰ ਦੇ ਕੰਮਾਂ ਦੇ ਵਿੱਚ ਸਿੱਧਾ ਇੰਟਰਫੇਅਰ ਕਰਦੇ ਆਏ ਨੇ ਤਾਂ ਇਸ ਇਸ ਸਰਕਾਰ ਦੇ ਵਿੱਚ ਹਾਲਾਂਕਿ ਪਿਛਲੀ ਸਰਕਾਰਾਂ ਦੇ ਵਿੱਚ ਅਸੀਂ ਪਹਿਲਾਂ ਵੀ ਜ਼ਿਕਰ ਕਰਦੇ ਰਹੇ ਹਾਂ ਕਿ ਪੰਜਾਬ ਦਾ ਮੁੱਖ ਮੰਤਰੀ 10-15 ਦਿਨਾਂ ਦੇ ਵਿੱਚ ਪੰਜਾਬ ਦੇ ਗਵਰਨਰ ਕੋਲੇ ਕਟਸੀ ਕਾਲ ਦੇ ਤੌਰ ਤੇ ਜਾਂਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਨੇ ਪੰਜਾਬ ਦੇ ਕਮਾਂਕਾਰਾਂ ਦਾ ਵੇਰਵਾ ਉਹਨਾਂ ਨੂੰ ਦਿੰਦੇ ਨੇ ਉਹਨਾਂ ਨਾਲ ਸਾਂਝਾ ਕਰਦੇ ਨੇ ਉਹਨਾਂ ਦੀ ਸਲਾਹ ਲੈਂਦੇ ਨੇ ਲੇਕਿਨ ਇਸ ਸਰਕਾਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਗਵਰਨਰ ਸਭ ਕੋਲੇ ਬਹੁਤ ਘੱਟ ਜਾਂਦੇ ਨੇ ਸ਼ਾਇਦ ਇਹੀ ਇੱਕ ਕਾਰਨ ਹੈਗਾ ਕਿ ਪੰਜਾਬ ਦੇ ਗਵਰਨਰ ਲਗਾਤਾਰ ਪੁੱਛਦੇ ਰਹਿੰਦੇ ਨੇ ਕਿ ਆਖਿਰਕਾਰ ਕਈ ਸਾਰੇ ਜਿਹੜੇ ਵੀਸੀ ਦੇ ਕੰਮ ਹੈ ਜਾਂ ਫਿਰ ਹੋਰ ਨਸ਼ੇ ਦੇ ਮੁੱਦੇ ਹੈਗੇ ਆ ਤਾਂ ਉਹਨਾਂ ਤੇ ਇੰਟਰਫੇਅਰ ਲਗਾਤਾਰ ਕਰਦੇ ਰਹਿੰਦੇ ਨੇ ਤਾਂ ਹੁਣ ਇਹ ਚਿੱਠੀ ਜਿਹੜੀ ਆਈ ਹੈ ਇੱਕ ਵਾਰ ਫਿਰ ਤੋਂ ਹਾਲਾਂਕਿ ਸਭ ਤੋਂ ਪਹਿਲਾਂ ਪੰਜਾਬ ਦੇ ਗਵਰਨਰ ਵੱਲੋਂ ਚਿੱਠੀ ਲਿਖੀ ਗਈ ਸੀ ਪੰਜ ਸਵਾਲ ਉਹਨਾਂ ਵੱਲੋਂ ਪੁੱਛੇ ਗਏ ਸੀ ਵੀਸੀ ਦੀ ਨਿਯੁਕਤੀ ਨੂੰ ਲੈ ਕੇ ਪੁੱਛਿਆ ਗਿਆ ਸੀ ਕੁਲਦੀਪ ਚੈਲ ਜੋ ਕਿ ਆਈਪੀਐਸ ਨੇ ਉਹਨਾਂ ਦੀ ਪ੍ਰੋਮੋਸ਼ਨ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਸੀ ਇਸ ਤੋਂ ਬਾਅਦ ਪ੍ਰਿੰਸੀਪਲ ਕਿਵੇਂ ਭੇਜੇਗਾ ਛੱਤੀ ਉਹਨਾਂ ਦਾ ਕ੍ਰਾਈਟੇਰੀਆ ਉਹ ਸਵਾਲ ਪੁੱਛੇ ਗਏ ਸੀ ਹੋਰ ਦੋ ਜਿਹੜੇ ਮਸਲੇ ਸੀਗੇ ਉਹ ਵੀ ਇਸ ਚਿੱਠੀ ਦੇ ਵਿੱਚ ਬਿਆਨ ਕੀਤੇ ਗਏ ਸੀ ਉਹਦੇ ਜਵਾਬ ਦੇ ਵਿੱਚ ਟਵੀਟ ਕੀਤਾ ਗਿਆ ਸੀਗਾ ਪੰਜਾਬ ਸਰਕਾਰ ਵਾਲ ਦੀ ਸ਼ਮੂਲੀਅਤ ਜਿਵੇਂ ਮੀਟਿੰਗਸ ਵਿੱਚ ਹੁੰਦੀ ਹੈ ਇਸ ਤੋਂ ਇਲਾਵਾ ਜੋ ਸਕਾਲਰਸ਼ਿਪ ਦਾ ਮਸਲਾ ਹੈ ਉਸ ਨੂੰ ਲੈ ਕੇ ਵੀ ਸਵਾਲ ਪੁੱਛੇ ਸਨ ਇਸ ਤੋਂ ਇਲਾਵਾ ਆਰਟੀਕਲ 167 ਦਾ ਹਵਾਲਾ ਦਿੱਤਾ ਗਿਆ ਸੀ ਗਵਰਨਰ ਸਾਹਿਬ ਵੱਲੋਂ ਤੇ ਅੱਜ ਰਾਜਪਾਲ ਬਨਾਮ ਸੀਐਮ ਦੀ ਜੰਗ ਤੇ ਵਧੀਕ ਸੋਲਿਸਟਰ ਜਨਰਲ ਸੱਤਪਾਲ ਜੈਨ ਦਾ ਵੀ ਬਿਆਨ ਇਸ ਨੂੰ ਲੈ ਕੇ ਸਾਹਮਣੇ ਆਇਆ ਸੀ 167 ਆਰਟੀਕਲ ਦਾ ਹਵਾਲਾ ਦਿੰਦੇ ਕਿਹਾ ਗਿਆ ਸੀ ਕਿ ਗਵਰਨਰ ਇਸ ਤਰ੍ਹਾਂ ਸਵਾਲ ਪੁੱਛ ਸਕਦੇ ਨੇ ਤੇ ਸੂਬਾ ਸਰਕਾਰ ਨੂੰ ਜਵਾਬ ਦੇਣਾ ਪਵੇਗਾ ਪਰ ਕੀ ਇਹ ਜਵਾਬ ਹੈ ਇੱਥੇ ਤਾਂ ਉਲਟਾ ਸਵਾਲ ਹੀ ਪੁੱਛੇ ਜਾ ਰਹੇ ਨੇ ਇੱਕ ਦੂਜੇ ਨੂੰ ਸੰਵਿਧਾਨ ਦਾ ਪਾਠ ਪੜਾਇਆ ਜਾ ਰਿਹਾ ਹੈ ਦੇਖੋ ਚਾਹੇ ਸਵਾਲ ਕਿਸੇ ਵੱਲੋਂ ਮਰਜ਼ੀ ਪੁੱਛਿਆ ਜਾਂਦਾ ਹੋਵੇ ਚਾਹੇ ਉਹ ਗਵਰਨਰ ਵੱਲੋਂ ਪੁੱਛਿਆ ਜਾਂਦਾ ਹੋਵੇ ਚਾਹੇ ਉਹ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੁੱਛਿਆ ਜਾਂਦਾ ਹੋਵੇ ਲੇਕਿਨ ਸਵਾਲ ਇਹ ਉੱਠਦੇ ਹਨ ਕਿ ਪੰਜਾਬ ਦੇ ਲੋਕਾਂ ਦਾ ਫਾਇਦਾ ਇਹਦੇ ਚ ਕੀ ਹੋ ਰਿਹਾ ਪੰਜਾਬ ਦੇ ਲੋਕਾਂ ਦੇ ਹੱਥ ਪੱਲੇ ਕੀ ਆ ਰਿਹਾ ਕਿਉਂਕਿ ਨਸ਼ੇ ਦਾ ਮੁੱਦਾ ਅਗਰ ਪੰਜਾਬ ਦੇ ਗਵਰਨਰ ਚੱਕਦੇ ਨੇ ਤਾਂ ਨਸ਼ੇ ਦਾ ਮੁੱਦਾ ਤਾਂ ਪੰਜਾਬ ਦੇ ਵਿੱਚ ਆਪੋਜੀਸ਼ਨ ਵੀ ਚੱਕਦੀ ਆ ਤਾਂ ਉਸ ਦਾ ਹੱਲ ਕੀ ਕਰਦਾ ਸਭ ਤੋਂ ਵੱਡੀ ਗੱਲ ਇਹ ਆ ਕਿ ਹੱਲ ਕਿਵੇਂ ਕਰਦਾ ਕਿਉਂਕਿ ਪੰਜਾਬ ਦੇ ਵਿੱਚ ਨਸ਼ਾ ਬੇਹੱਦ ਜ਼ਿਆਦਾ ਹੈਗਾ ਅਗਰ 36 ਪ੍ਰਿੰਸੀਪਲਸ ਦੀ ਗੱਲਬਾਤ ਕੀਤੀ ਕਿ ਸਿੰਗਾਪੁਰ ਦੇ ਵਿੱਚ ਭੇਜੇ ਗਏ ਨੇ ਉਹ ਕੌਣ 36 ਪ੍ਰਿੰਸੀਪਲ ਹੈਗੇ ਨੇ ਕੀ ਉਹ ਸਫਾਰਸ਼ੀ ਤਾਂ ਨਹੀਂ ਹੈਗੇ ਕਿ ਸਰਕਾਰ ਦੇ ਨੇੜੇ ਤਾਂ ਨਹੀਂ ਹੈਗੇ ਜਾਂ ਕਿਸੇ ਵਿਧਾਇਕ ਦੇ ਕਿਸੇ ਮਤਦੇ ਨੇੜੇ ਉਹ ਉਹਨਾਂ ਨੂੰ ਤਾਂ ਨਹੀਂ ਟੂਰ ਲਵਾ ਦਿੱਤਾ ਗਿਆ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਲਗਾਤਾਰ ਪੁੱਛੀਆਂ ਜਾਂਦੀਆਂ ਨੇ ਲੇਕਿਨ ਇਹਦੇ ਨਾਲ ਪੰਜਾਬ ਦੀ ਐਜੂਕੇਸ਼ਨ ਨੂੰ ਕੀ ਫਾਇਦਾ ਹੁੰਦਾ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਹੋਏ ਬੱਚਿਆਂ ਨੂੰ ਇਹਦੇ ਵਿੱਚ ਕੀ ਫਾਇਦਾ ਹੁੰਦਾ ਸਵਾਲ ਇਹ ਨੇ ਸਵਾਲ ਇਹ ਲਗਾਤਾਰ ਉੱਡਦੇ ਨੇ ਕਿ ਪੰਜਾਬ ਦੇ ਲੋਕਾਂ ਦਾ ਕੀ ਫਾਇਦਾ ਹੁੰਦਾ ਅਗਰ ਕੋਈ ਐਸੀ ਲੜਾਈ ਵੀ ਹੁੰਦੀ ਹੈ ਤਾਂ ਉਹਦੇ ਚ ਸਿਰਫ ਇੱਕ ਸਿਆਸਤ ਹੋ ਕੇ ਰਹਿ ਜਾਂਦੀ ਆ ਸਿਰਫ ਖਬਰਾਂ ਲੱਗਦੀਆਂ ਨੇ ਲੇਕਿਨ ਪੰਜਾਬ ਦੇ ਲੋਕਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਇਸ ਤਰੀਕੇ ਦੇ ਨਾਲ ਸਵਾਲ ਅਗਰ ਚੱਕੇ ਜਾਂਦੇ ਨੇ ਪੰਜਾਬ ਸਰਕਾਰ ਤੇ ਤਾਂ ਸਵਾਲ ਇਹ ਵੀ ਉਰਦਾ ਕਿ ਪੰਜਾਬ ਦੇ ਮੁੱਖ ਮੰਤਰੀ ਕਿਤੇ ਕਮਜ਼ੋਰ ਮੁੱਖ ਮੰਤਰੀ ਤਾਂ ਨਹੀਂ ਜਿਸ ਤਰੀਕੇ ਨਾਲ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਵੱਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਗਈਆਂ ਉਹ ਵੀ ਪੈਰਲਲ ਮੀਟਿੰਗ ਕੀਤੀ ਗਈਆਂ ਜਿਹੜੀਆਂ ਮੁੱਖ ਮੰਤਰੀ ਦੀਆਂ ਮੀਟਿੰਗਸ ਇੰਡਸਟਰੀ ਨੂੰ ਲੈ ਕੇ ਹੁੰਦੀਆਂ ਸੀ ਉਸੇ ਦਿਨ ਉਸੇ ਸਮੇਂ ਉਸੇ ਹਸਤਰਾਂ ਨਾਲ ਪੰਜਾਬ ਸਪੀਕਰ ਵੀ ਸਪੀਕਰ ਵੀ ਮੀਟੀਆਂ ਕਰਦੇ ਰਹੇ ਆ ਤਾਂ ਉਹ ਕੀ ਕਿਉਂ ਪੰਜਾਬ ਦੇ ਸਪੀਕਰ ਇਹ ਇਸ ਤਰ੍ਹਾਂ ਦੀਆਂ ਮੀਟੀਆਂ ਕਰਦੇ ਸੀ ਸਵਾਲ ਤਾਂ ਇਹ ਵੀ ਉੱਠਨੇ ਲਾਜ਼ਮੀ ਹੈਗੇ ਨੇ ਅਗਰ ਪੰਜਾਬ ਦੇ ਗਵਰਨਰ ਦੇ ਉੱਤੇ ਇਹ ਇਲਜ਼ਾਮ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਲਗਾਏ ਜਾਂਦੇ ਨੇ ਕਿ ਇਹ ਕੇਂਦਰ ਸਰਕਾਰ ਦੇ ਲਗਾਏ ਗੋਏ ਗਏ ਜਿਹੜੇ ਹੈਗੇ ਆ ਇਲੈਕਟ ਸਿਲੈਕਟਡ ਵਿਅਕਤੀ ਹੈਗੇ ਨੇ ਕੇਂਦਰ ਸਰਕਾਰ ਤੈਅ ਕਰਦੀ ਆ ਤਾਂ ਫਿਰ ਪੰਜਾਬ ਦੇ ਜਿਹੜੇ ਸਪੀਕਰ ਹੈਗੇ ਨੇ ਵਿਧਾਨ ਸਭਾ ਦੇ ਉਹ ਵੀ ਤਾਂ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਲਗਾਏ ਜਾਂਦੇ ਨੇ ਫਿਰ ਉਹ ਪੈਰਲਲ ਮੀਟਿੰਗਾਂ ਕਿਉਂ ਕਰਦੇ ਨੇ ਸਵਾਲ ਇਹ ਵੀ ਉੱਠਦੇ ਨੇ ਤਾਂ ਇਹ ਲਗਾਤਾਰ ਸਵਾਲ ਉੱਠਣੇ ਲਾਜ਼ਮੀ ਹੈ ਕਿ ਨਹੀਂ ਕਿ ਅਗਰ ਗਵਰਨਰ ਤੇ ਬਹੁਤ ਸਾਰੇ ਸਵਾਲ ਉੱਠਦੇ ਨੇ ਤਾਂ ਫਿਰ ਪੰਜਾਬ ਦੇ ਸਪੀਕਰ ਤੇ ਵੀ ਇਸ ਤਰੀਕੇ ਦੇ ਸਵਾਲ ਉੱਠਣੇ ਲਾਜ਼ਮੀ ਹੈ ਕਿ ਨਹੀਂ ਕਿ ਉਹ ਪੰਜਾਬੀ ਭਾਸ਼ਾ ਨੂੰ ਲੈ ਕੇ ਜਾਲਾਂਗਾ ਤਲਮੀਟੀਆਂ ਕਰ ਰਹੇ ਨੇ ਹਾਲਾਂਕਿ ਪੰਜਾਬ ਸਰਕਾਰ ਦੇ ਜਿਹੜੇ ਕੰਮ ਆ ਪੰਜਾਬ ਦੇ ਸਪੀਕਰ ਕਰਦੇ ਹੋਏ ਨਜ਼ਰ ਆਉਂਦੇ ਨੇ ਬਹੁਤ ਵਾਰ ਅਸੀਂ ਕਿ ਇਹ ਲਗਾਤਾਰ ਕਵਰ ਵੀ ਕਰਦੇ ਰਹੇ ਹਾਂ ਤਾਂ ਸਵਾਲ ਤਾਂ ਬਹੁਤ ਸਾਰੇ ਉੱਠਦੇ ਨੇ ਤਾਂ ਸਵਾਲ ਹੁਣ ਪੰਜਾਬ ਦੇ ਮੁੱਖ ਮੰਤਰੀ ਦੀ ਸ਼ਕਤੀਆਂ ਦੇ ਉੱਤੇ ਕੌਟਰੇ ਨੇ ਕਿ ਉਹਨਾਂ ਕੋਲ ਕੋਈ ਸ਼ਕਤੀ ਵੀ ਹੈ ਜਾਂ ਫਿਰ ਸ਼ਕਤੀ ਉਹਨਾਂ ਦੀਆਂ ਸ਼ਕਤੀਆਂ ਦਾ ਇਸਤੇਮਾਲ ਦਿੱਲੀ 'ਚ ਹੋ ਰਿਹਾ ਤੇ ਜਾਂ ਫਿਰ ਪੰਜਾਬ ਦੇ ਸਪੀਕਰ ਕਰ ਰਹੇ ਨੇ ਜਾਂ ਫਿਰ ਗਵਰਨਰ ਕਰ ਰਹੇ ਨੇ ਤਾਂ ਸ਼ਕਤੀਆਂ ਦਾ ਕੇਂਦਰੀਕਰਨ ਕਿਉਂ ਨਹੀਂ ਪੰਜਾਬ ਦੇ ਮੁੱਖ ਮੰਤਰੀ ਸਾਰੇ ਫੈਸਲੇ ਕਿਉਂ ਨਹੀਂ ਲੈਂਦੇ ਜਿਹੜੇ ਉਹਨਾਂ ਨੂੰ ਲੈਣੇ ਚਾਹੀਦੇ ਆ ਇੰਡਸਟਰੀ ਦੇ ਮਸਲੇ ਜਿਹੜੇ ਹੈਗੇ ਆ ਉਹ ਸਪੀਕਰ ਉਹਨਾਂ ਮਸਲਿਆਂ ਤੇ ਮੀਟਿੰਗ ਕਿਉਂ ਕਰਦੇ ਨੇ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੇ ਜਿਹੜਾ ਈਸ਼ੂ ਉੱਠਦੇ ਨੇ ਉਹਦੇ 'ਚ ਨਿਕਲ ਕੇ ਸਾਹਮਣੇ ਆਉਂਦੇ ਨੇ ਹਾਲਾਂਕਿ ਹੁਣ ਅਸੀਂ ਗਵਰਦਨ ਅਤੇ ਮੁੱਖ ਮੰਤਰੀ ਦੇ ਜਿਹੜੀ ਲਗਾਤਾਰ ਇੱਕ ਦੂਸਰੇ ਤੇ ਵਾਰ-ਵਾਰ ਪ੍ਰਤੀਵਾਰ ਦੀ ਜਿਹੜੀ ਸلسلਸਲੇ ਬਾਜ਼ੀ ਜਾਰੀ ਹੈ ਤੋਂ ਉਸ ਤੇ ਇਹ ਨਿਕਲ ਕੇ ਸਾਹਮਣੇ ਆਉਂਦਾ ਕਿ ਕਿਤੇ ਨਾ ਕਿਤੇ ਪੰਜਾਬ ਸਟੇਟ ਦੀਆਂ ਜਾਂ ਫਿਰ ਦੂਜੇ ਸਟੇਟ ਦੀਆਂ ਜਿਹੜੀਆਂ ਸ਼ਕਤੀਆਂ ਹੈਗੀਆਂ ਉਹ ਕਿਤੇ ਨਾ ਕਿਤੇ ਕੇਂਦਰੀਕਰਨੋਂ ਨਾਲ ਸ਼ਕਤੀਆਂ ਦਾ ਕਰਕੇ ਕਿ ਇਧਰ ਸਰਕਾਰ ਨੂੰ ਦੇਣੀਆਂ ਗਵਰਨਰ ਦੇ ਥਰੂ ਇਹ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਹਾਲ ਕਿ ਇਸੇ ਆਪੋਜੀਸ਼ਨ ਜਿਹੜੀਆਂ ਪਾਰਟੀਆਂ ਹੈਗੀਆਂ ਉਹਨਾਂ ਨੂੰ ਵੀ ਸਪਸ਼ਟ ਕਰਨਾ ਪਾਏਗਾ ਕਿ ਆਖਿਰਕਾਰ ਉਹ ਪੰਜਾਬ ਦੇ ਨਾਲ ਨੇ ਪੰਜਾਬ ਦੀ ਸਰਕਾਰ ਦੇ ਨਾਲ ਨੇ ਜਾਂ ਫਿਰ ਉਹ ਗਵਰਨਰ ਜਾਂ ਫਿਰ ਕੇਂਦਰ ਸਰਕਾਰ ਦੇ ਨਾਲ ਨੇ ਇਹ ਚੀਜ਼ਾਂ ਉਹਨਾਂ ਨੇ ਵੀ ਸਪਸ਼ਟ ਕਰਦੀਆਂ ਪੈਣ ਗਿਆ ਕਿ ਆਖਰਕਾਰ ਉਹ ਕਿਹਦੇ ਨਾਲ ਖੜਦੇ ਨੇ ਅਤੇ ਆਪਣਾ ਸਟੈਂਡ ਕੀ ਸਪਸ਼ਟ ਕਰਦੇ ਨੇ ਜੀ ਰਵਿੰਦਰ ਇਹ ਵਿਰੋਧੀ ਧਿਰਾਂ ਵੱਲੋਂ ਦੋ ਪੱਖ ਸਾਹਮਣੇ ਆ ਰਹੇ ਨੇ ਇੱਕ ਹੈ ਕਿ ਗਵਰਨਰ ਵੱਲੋਂ ਇੰਟਰਫੇਰੈਂਸ ਕੀਤਾ ਜਾ ਰਿਹਾ ਹੈ ਦੂਜਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੋ ਗਵਰਨਰ ਵੱਲੋਂ ਮੁੱਦੇ ਚੁੱਕੇ ਜਾ ਰਹੇ ਨੇ ਉਹ ਵੀ ਵਾਜਬ ਨੇ ਉਹਨਾਂ ਦਾ ਜਵਾਬ ਸੂਬਾ ਸਰਕਾਰ ਨੂੰ ਦੇਣਾ ਚਾਹੀਦਾ ਨਹੀਂ ਤਾਂ ਹੱਲ ਕਰਨਾ ਚਾਹੀਦਾ ਉਹਨਾਂ ਦਾ ਬਿਲਕੁਲ ਦੇਖੋ ਅਸੀਂ ਪਹਿਲੇ ਹੀ ਇਸ ਚੀਜ਼ ਨੂੰ ਅਸੀਂ ਕਲੀਅਰ ਕਰ ਚੁੱਕੇ ਹਾਂ ਜਦੋਂ ਸਰਹੱਦੀ ਖੇਤਰਾਂ ਦਾ ਜ਼ਿਲ੍ਹਿਆਂ ਦਾ ਦੌਰਾ ਕਰਦੇ ਨੇ ਪੰਜਾਬ ਦੇ ਗਵਰਨਰ ਇੱਕ ਦੋ ਫਰਵਰੀ ਨੂੰ ਤਾਂ ਉਸ ਸਮੇਂ ਵੀ ਅਸੀਂ ਇਹ ਸਵਾਲ ਚੱਕਿਆ ਸੀਗਾ ਕਿ ਆਖਿਰਕਾਰ ਜਦੋਂ ਡੀਜੀਪੀ ਕੋਲੇ ਬੈਠਦੇ ਨੇ ਤਾਂ ਗਵਰਦਨ ਇਹ ਗੱਲਬਾਤ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਨਸ਼ੇ ਬੇਹੱਦ ਜ਼ਿਆਦਾ ਵੱਧ ਚੁੱਕੇ ਨੇ ਪੰਜਾਬ ਦੇ ਵਿੱਚ ਨਸ਼ੇ ਸਕੂਲਾਂ ਤੱਕ ਪਹੁੰਚ ਚੁੱਕੇ ਦੇ ਪੰਜਾਬ ਦੇ ਵਿੱਚ ਨਸ਼ਿਆਂ ਦੀ ਰੋਕਥਾਮ ਲਈ ਪੰਜਾਬ ਸਰਕਾਰ ਪੰਜਾਬ ਪੁਲਿਸ ਕੁਝ ਕਰ ਨਹੀਂ ਰਹੀ ਤਾਂ ਸਵਾਲ ਤਾਂ ਉਦੋਂ ਉੱਠਨੇ ਲਾਜ਼ਮੀ ਸੀਗੇ ਪੰਜਾਬ ਸਰਕਾਰ ਸਵਾਲ ਤਾਂ ਉਦੋਂ ਬਣਦੇ ਸੀ ਕਿਉਂਕਿ ਪੰਜਾਬ ਦੇ ਵਿੱਚ ਬੇहद ਜ਼ਿਆਦਾ ਨਸ਼ਾ ਜਿਹੜਾ ਹੈਗਾ ਵੱਧ ਚੁੱਕਿਆ ਲਗਾਤਾਰ ਜ਼ਿਲ੍ਹਿਆਂ ਦੇ ਵਿੱਚੋਂ ਕਈਆਂ ਦੇ ਵਿੱਚੋਂ ਇਹ ਵੀਡੀਓ ਵੀ ਸਾਹਮਣੇ ਆਈਆਂ ਕੁਝ ਵੀਡੀਓ ਸੀ ਉਸ ਸਮਿਆਂ ਦੇ ਵਿੱਚ ਇਹ ਵੀ ਦੇਖਿਆ ਕਿ ਜੋ ਚੂੜੇ ਵਾਲੀਆਂ ਕੁੜੀਆਂ ਹੈਗੀਆਂ ਉਹਨਾਂ ਦੀਆਂ ਵੀਡੀਓ ਵੀ ਸਾਹਮਣੇ ਆਈਆਂ ਨੌਜਵਾਨ ਮੁੰਡਿਆਂ ਦੀਆਂ ਵੀਡੀਓ ਸਾਹਮਣੇ ਆਈਆਂ ਨੌਜਵਾਨ ਸਕੇ ਭਰਾਵਾਂ ਦੇ ਮਰਨ ਦੀਆਂ ਖਬਰਾਂ ਆਈਆਂ ਨਸ਼ੇ ਦੇ ਨਾਲ ਤਾਂ ਸਵਾਲ ਤਾਂ ਬਹੁਤ ਸਾਰੇ ਉਠਦੇ ਨੇ ਤੇ ਇਹਦੇ ਨਾਲ ਕੀ ਪੰਜਾਬ ਦੇ ਵਿੱਚ ਨਸ਼ਾ ਰੁਕ ਗਿਆ ਰੋਕਥਾਮ ਹੋਗੀ ਪੰਜਾਬ ਸਰਕਾਰ ਨੇ ਕੀ ਕੀ ਇਹ ਲਈ ਕਦਮ ਚੱਕੇ ਇਹ ਬਹੁਤ سارے ਸਵਾਲ ਹੈਗੇ ਨੇ ਜਿਹੜੇ ਲਗਾਤਾਰ ਉੱਠਦੇ ਲਾਜ਼ਮੀ ਹੈਗੇ ਨੇ ਮਸਲੇ ਪੰਜਾਬ ਦੇ ਹੱਲ ਹੋਣੇ ਚਾਹੀਦੇ ਆ ਸਭ ਤੋਂ ਵੱਡੀ ਗੱਲ ਪੰਜਾਬ ਦੇ ਲੋਕ ਇਹੀ ਉਮੀਦ ਕਰਦੇ ਨੇ ਕਿਉਂਕਿ ਸਿਆਸੀ ਵਿਆਰ ਰਵਿੰਦਰ ਗਵਰਨਰ ਪੰਜਾਬ ਦਾ ਇਹ ਪਹਿਲਾ ਦੌਰਾਂ ਨਹੀਂ ਸੀ ਸਰਹੱਦੇ ਇਲਾਕਿਆਂ ਦਾ ਇਸ ਤੋਂ ਪਹਿਲਾਂ ਵੀ ਕਈ ਵਾਰ ਦੌਰੇ ਕਰ ਚੁੱਕੇ ਨੇ ਸਭ ਤੋਂ ਪਹਿਲਾਂ ਤਾਂ ਸੀਐਮ ਭਗਵੰਤ ਮਾਨ ਨਾਲ ਹੀ ਗਏ ਸਨ ਤੇ ਇਸ ਤੋਂ ਲਾਵਾ ਕਈ ਦੂਜੀ ਵਾਰ ਜਦੋਂ ਗਏ ਤਾਂ ਆਪ ਗਏ ਸੀ ਉਸ ਤੋਂ ਬਾਅਦ ਤੋਂ ਹੀ ਮਸਲਾ ਸ਼ੁਰੂ ਹੋਇਆ ਕਿ ਇੰਟਰਫੀਰੈਂਸ ਹੋ ਰਹੀ ਹੈ ਇੱਕ ਵਾਰੀ ਜੋ ਪੱਤਰ ਸੀਮਾਨ ਵੱਲੋਂ ਭੇਜਿਆ ਗਿਆ ਉਸ ਵਿੱਚ ਕੀ ਲਿਖਿਆ ਉਹ ਦੱਸ ਦਿੰਦੇ ਹਾਂ ਕਿ ਮੈਨੂੰ ਤੁਹਾਡੀ ਚਿੱਠੀ 13 ਫਰਵਰੀ 2023 ਨੂੰ ਮਿਲੀ ਤੇ ਆਪਜੀ ਦੀ ਚਿੱਠੀ ਵਿੱਚ ਜਿੰਨੇ ਵੀ ਵਿਸ਼ੇ ਲਿਖੇ ਨੇ ਉਹ ਸਾਰੇ ਰਾਜ ਸਰਕਾਰ ਦੇ ਵਿਸ਼ੇ ਨੇ ਇਸ ਸੰਬੰਧ ਵਿੱਚ ਮੈਂ ਸਪਸ਼ਟ ਕਰਨਾ ਚਾਹਾਂਗਾ ਕਿ ਭਾਰਤੀ ਸੰਵਿਧਾਨ ਅਨੁਸਾਰ ਮੈਂ ਅਤੇ ਮੇਰੀ ਸਰਕਾਰ 3 ਕਰੋੜ ਪੰਜਾਬੀਆਂ ਨੂੰ ਜਵਾਬਦੇਹ ਹੈ ਆਪਨੇ ਮੈਨੂੰ ਪੁੱਛਿਆ ਹੈ ਕਿ ਸਿੰਗਾਪੁਰ ਵਿਖੇ ਟ੍ਰੇਨਿੰਗ ਲਈ ਪ੍ਰਿੰਸੀਪਲਾਂ ਦੀ ਟੌਨ ਕਿਸ ਆਧਾਰ ਤੇ ਕੀਤੀ ਗਈ ਪੰਜਾਬ ਦੇ ਵਾਸੀ ਇਹ ਪੁੱਛਣਾ ਚਾਹੁੰਦੇ ਨੇ ਕਿ ਭਾਰਤੀ ਸੰਵਿਧਾਨ ਵਿੱਚ ਕਿਸੇ ਸਪਸ਼ਟ ਯੋਗਤਾ ਦੀ ਅਣਹੋਂਦ ਵਿੱਚ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਰਾਜਾਂ ਵਿੱਚ ਰਾਜਪਾਲ ਕਿਸ ਆਧਾਰ ਤੇ ਚੁਣੇ ਜਾਂਦੇ ਨੇ ਕਿਰਪਾ ਕਰਕੇ ਇਹ ਦੱਸ ਕੇ ਪੰਜਾਬੀਆਂ ਦੀ ਜਾਣਕਾਰੀ ਵਿੱਚ ਵਾਦਾ ਕੀਤਾ ਜਾਵੇ ਇਥੇ ਇਸ ਚਿੱਠੀ ਵਿੱਚ ਇਹ ਸਭ ਮੈਂਸ਼ਨ ਕੀਤਾ ਗਿਆ ਜੋ ਸੀਐਮ ਭਗਵੰਤ ਮਾਨ ਨੇ ਲਿਖਤੀ ਜਵਾਬ ਹੈ ਜ ਜਹਾਲਾਂਕਿ ਇਸ ਦੇ ਵਿੱਚ ਜਵਾਬ ਕੁਝ ਨਹੀਂ ਦਿੱਤਾ ਗਿਆ ਕਿ ਸਿੰਗਾਪੁਰ ਜੋ ਭੇਜੇ ਗਏ ਪ੍ਰਿੰਸੀਪਲਸ ਕਿਸ ਆਧਾਰ ਤੇ ਭੇਜੇ ਗਏ ਤੇ ਜੀ ਆਪਗੰਤਮਾਨ ਨੇ ਰਾਜਪਾਲ ਨੂੰ ਲਿਖਤੀ ਜਵਾਬ ਭੇਜਿਆ ਤੇ ਉਸ ਵਿੱਚ ਇਹ ਸਭ ਮੈਂਸ਼ਨ ਕੀਤਾ ਕਿ ਜੋ ਤੁਸੀਂ ਸਵਾਲ ਪੁੱਛੇ ਨੇ ਉਹ ਸਟੇਟ ਦਾ ਵਿਸ਼ਾ ਹੈ ਰਵਿੰਦਰ ਫਿਲਹਾਲ ਤਮਾਮ ਜਾਣਕਾਰੀ ਤੇ ਲਈ ਬਹੁਤ ਬਹੁਤ ਸ਼ੁਕਰੀਆ ਇੱਥੇ ਦੱਸ ਦਈਏ ਕਿ ਸੀਐਮ ਮਾਨ ਨੇ ਸਵਾਲ ਪੁੱਛਿਆ ਕਿ ਤੁਸੀਂ ਦੱਸੋ ਰਾਜਪਾਲ ਦੀ ਚੋਣ ਦਾ ਆਧਾਰ ਕੀ ਫਿਰ ਅਲਸ ਬੁਲੇਟਿਨ ਵਿੱਚ ਇਹ ਨਈ ਦਿਵਜਾਜ਼ਤ ਧੰਨਵਾਦ